ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਮੇਰੀ ਵਾਹਿਗੁਰੂ ਅੱਗੇ ਇਹੋ ਅਰਦਾਸ ਹੈ ਕਿ ਤੁਸੀਂ ਸਾਰੇ ਵਧੀਆ ਨੰਬਰ ਲੈ ਕੇ ਇਸ ਵਾਰ ਟੈਟ ਪਾਸ ਕਰੋ ਅੱਜ ਅਸੀਂ ਜੀਓਗ੍ਰਾਫੀ ਨਾਲ ਸੰਬੰਧਿਤ ਕੁਝ ਪ੍ਰਸ਼ਨ ਕਰਾਂਗੇ ਇਹ ਸਾਰੇ ਪ੍ਰਸ਼ਨ ਬਹੁਤ ਇੰਪੋਰਟੈਂਟ ਨੇ ਹਰ ਇੱਕ ਟੌਪਿਕ ਨੂੰ ਆਪਾਂ ਚੰਗੀ ਤਰ੍ਹਾਂ ਡਿਸਕਸ ਕਰਾਂਗੇ ਤੇ ਵੀਡੀਓ ਦੀ ਜਿਹੜੇ ਉੱਤਰਾਂ ਦੀ ਪੀਡੀਐਫ ਹੈ ਉਹ ਵੀ ਤੁਹਾਨੂੰ ਮੈਂ ਪ੍ਰੋਵਾਈਡ ਕਰਾਵਾਂਗਾ ਅੱਗੇ ਵਧਦੇ ਹਾਂ ਜੀ ਸਭ ਤੋਂ ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ ਆ ਜੀ ਬਨਸਪਤੀ ਤੇਜ਼ੀ ਨਾਲ ਨਿਰਵਿਘਨ ਅਤੇ ਲਗਾਤਾਰ ਉੱਗਦੀ ਰਹਿੰਦੀ ਹੈ ਇਹ ਧਾਰਨਾ ਕਿਸ ਖੇਤਰ ਤੇ ਲਾਗੂ ਹੁੰਦੀ ਹੈ ਖੇਤਰ ਹਨ ਟੱਗਾ ਖੇਤਰ ਮਾਨਸੂਨ ਖੇਤਰ ਸੀ ਆਪਸ਼ਨ ਹੈ ਜੀ ਭੂਮਧ ਰੇਖੀ ਤੇ ਡੀ ਹੈ ਜੀ ਵਰਖਾ ਵਣ ਟੱਗਾ ਦਾ ਮਤਲਬ ਹੁੰਦਾ ਹੈ ਜੀ ਪਿਓਰ ਰਸ਼ੀਨ ਭਾਸ਼ਾ ਦਾ ਇਹ ਸ਼ਬਦ ਹੈ ਜਿਹਨੂੰ ਅਨਟਚੇਬਲ ਵੀ ਕਹਿੰਦੇ ਆ ਹੁਣ ਟੱਗਾ ਖੇਤਰ ਦੀ ਜਿਹੜੀ ਬਨਸਪਤੀ ਹੈ ਉੱਚੇ ਖੇਤਰਾਂ ਦੇ ਵਿੱਚ ਪਾਈ ਜਾਂਦੀ ਹੈ ਇਸ ਤਰ੍ਹਾਂ ਦੀ ਬਨਸਪਤੀ ਦੇ ਜਿਹੜੇ ਪੱਤੇ ਨੇ ਉਹ ਨਕੀਲੇ ਹੁੰਦੇ ਨੇ ਇਹ ਵਣ ਸ਼ੀਤ ਊਸ਼ਣ ਖੇਤਰਾਂ ਦੇ ਵਿੱਚ ਪੈਦਾ ਹੁੰਦੇ ਨੇ ਅੱਗੇ ਜਿਹੜਾ ਦੂਸਰਾ ਆਪਸ਼ਨ ਹੈ ਉਹਦੇ ਵਿੱਚ ਮਾਨਸੂਨੀ ਵਣ ਲਿਖਿਆ ਹੋਇਆ ਮਾਨਸੂਨੀ ਵਣ ਜਿਹੜੇ ਨੇ ਉਹ ਉੱਥੇ ਹੁੰਦੇ ਨੇ ਜਿੱਥੇ ਮਾਨਸੂਨ ਹਮਾਵਾਂ ਦੇ ਕਰਕੇ ਵਰਖਾ ਹੁੰਦੀ ਹੈ ਮਾਨਸੂਨੀ ਵਣਾਂ ਨੂੰ ਪਤਝੜੀ ਵਣ ਵੀ ਕਹਿੰਦੇ ਨੇ ਕਿਉਂਕਿ ਜਦੋਂ ਵਰਖਾ ਨਹੀਂ ਹੁੰਦੀ ਤੇ ਆਪਣੇ ਪੱਤੇ ਛਾੜ ਦਿੰਦੇ ਨੇ ਭੂਮੱਧ ਰੇਖੀ ਵਣ ਜਿਹੜੇ ਨੇ ਭੂਮੱਧ ਰੇਖਾ ਦੇ 10 ਡਿਗਰੀ ਉੱਤਰ ਤੇ 10 ਡਿਗਰੀ ਦੱਖਣ ਦਾ ਜਿਹੜਾ ਖੇਤਰ ਹੈ ਉਹਨਾਂ ਦੇ ਵਿੱਚ ਹੁੰਦੇ ਨੇ ਇੱਥੇ ਸਦਾ ਬਹਾਰ ਤੇ ਸੰਘਣੇ ਜੰਗਲ ਹੁੰਦੇ ਨੇ ਕਿਉਂਕਿ ਭੂਮੱਧ ਰੇਖਾ ਤੇ ਗਰਮੀ ਵੀ ਹੁੰਦੀ ਹੈ ਉੱਥੇ ਮੀਂਹ ਵੀ ਪੈਂਦਾ ਤੇ ਉੱਥੇ ਜਿਹੜੀ ਹੈ ਨਮੀ ਵੀ ਜ਼ਿਆਦਾ ਰਹਿੰਦੀ ਹੈ ਹੁਣ ਇੱਥੇ ਜਿਹੜਾ ਚੌਥਾ ਆਪਸ਼ਨ ਆ ਉਹਦੇ ਵਿੱਚ ਵਰਖਾਵਾਨ ਇੱਕ ਵੱਖਰਾ ਲਿਖਿਆ ਹੋਇਆ ਹੈ ਤੇ ਜੇਕਰ ਵਰਖਾਵਾਨ ਲਿਖਿਆ ਹੋਇਆ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਵਰਖਾਵਾਨ ਖੇਤਰ ਦੀ ਜਿਹੜੀ ਬਨਸਪਤੀ ਹੈ ਤੇਜ਼ੀ ਨਾਲ ਨਿਰਵਿਗੰਨ ਤੇ ਲਗਾਤਾਰ ਵਗਦੀ ਰਹਿੰਦੀ ਹੈ ਇਹ ਧਾਰਨਾ ਵਰਖਾਵਾਨ ਦੇ ਲਈ ਸਹੀ ਹੈ ਜੀ ਡੀ ਆਪਸ਼ਨ ਬਿਲਕੁਲ ਸਹੀ ਹੋਏਗਾ ਜੀ ਅਗਲਾ ਪ੍ਰਸ਼ਨ ਹੈ ਜੀ ਇਹਨਾਂ ਵਿੱਚੋਂ ਕਿਹੜੇ ਸੰਕੇਤਕ ਆਮ ਤੌਰ ਤੇ ਕਿਸੇ ਦੇਸ਼ ਦੀ ਆਰਥਿਕ ਵਿਕਾਸ ਨੂੰ ਨਾਪਣ ਦੇ ਲਈ ਵਰਤੇ ਜਾਂਦੇ ਹਨ ਆਪਸ਼ਨ ਹਨ ਸ਼ਿਸ਼ੂ ਮੌਤ ਦਰ ਵਰਨਣਯੋਗ ਪਾਣੀ ਦੀ ਪ੍ਰਾਪਤੀ ਇਸਤਰੀ ਸਾਖਰਤਾ ਜਾਂ ਪ੍ਰਤੀ ਵਿਅਕਤੀ ਰਾਸ਼ਟਰੀ ਉਤਪਾਦ ਹੁਣ ਦੇਖੋ ਇਹਦੇ ਵਿੱਚ ਜਿਹੜੇ ਏ ਬੀ ਤੇ ਸੀ ਨੇ ਇਹ ਤਿੰਨੇ ਜਿਹੜੇ ਆਪਸ਼ਨ ਨੇ ਇਹ ਇਕਨੋਮਿਕਸ ਦੇ ਨਾਲ ਸੰਬੰਧਤ ਨਹੀਂ ਨੇ ਹੁਣ ਇਹਦੇ ਵਿੱਚ ਜਿਹੜਾ ਪ੍ਰਤੀ ਵਿਅਕਤੀ ਰਾਸ਼ਟਰੀ ਉਤਪਾਦ ਆ ਜਿੰਨੂੰ ਜੀਐਨਪੀ ਵੀ ਕਹਿੰਦੇ ਨੇ ਹੁਣ ਇੱਕ ਹੁੰਦਾ ਹੈ ਜੀਡੀਪੀ ਇੱਕ ਹੁੰਦਾ ਹੈ ਜੀਐਨਪੀ ਇਹਨਾਂ ਦੋਨਾਂ ਦੇ ਵਿੱਚ ਫਰਕ ਹੈ ਇਹਨਾਂ ਦੇ ਨਾਲ ਸੁਣ ਕੇ ਕਨਫਿਊਜ਼ਨਾ ਹੋਣਾ ਬੜਾ ਸਿੰਪਲ ਤਰੀਕੇ ਨਾਲ ਤੁਹਾਨੂੰ ਦੱਸ ਦਿੰਨਾ ਜੀ ਜਿਹੜਾ ਜੀਐਨਪੀ ਹੁੰਦਾ ਇਹਨੂੰ ਅਸੀਂ ਕਹਿੰਦੇ ਆ ਕੁੱਲ ਰਾਸ਼ਟਰੀ ਉਤਪਾਦ ਇਹ ਕੀ ਹੁੰਦਾ ਜੀ ਇੱਕ ਦੇਸ਼ ਦੇ ਨਾਗਰਿਕਾਂ ਦੁਆਰਾ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਪੈਦਾ ਕੀਤੇ ਸਾਰੇ ਮਾਲ ਅਤੇ ਸਿਵਾਮਾ ਦਾ ਕੁੱਲ ਮੁੱਲ ਭਾਵੇਂ ਉਹ ਬੰਦੇ ਜਿਹੜੇ ਆ ਉਹ ਦੇਸ਼ ਦੇ ਅੰਦਰ ਹੋਣ ਜਾਂ ਭਾਵੇਂ ਬਾਹਰ ਹੋਣ ਜਿਹੜੀਆਂ ਭਾਰਤੀ ਕੰਪਨੀਆਂ ਬਾਹਰ ਦੇ ਦੇਸ਼ਾਂ ਦੇ ਵਿੱਚ ਮਿਲ ਨੇ ਉਹਨਾਂ ਦਾ ਉਤਪਾਦ ਵੀ ਆਪਾਂ ਕਾਊਂਟ ਕਰਨਾ ਪ੍ਰਤੀ ਵਿਅਕਤੀ ਜੀਐਨਪੀ ਨੂੰ ਫਾਈਂਡ ਕਰਨ ਦੇ ਲਈ ਜੀਐਨਪੀ ਨੂੰ ਦੇਸ਼ ਦੀ ਆਬਾਦੀ ਦੇ ਨਾਲ ਵੰਡ ਕੀਤਾ ਜਾਂਦਾ ਹੈ ਭਾਗ ਕੀਤਾ ਜਾਂਦਾ ਹੈ ਤੇ ਇਹ ਦੱਸਦਾ ਹੈ ਕਿ ਔਸਤਨ ਹਰੇਕ ਵਿਅਕਤੀ ਕਿੰਨਾ ਉਤਪਾਦਨ ਕਰਦਾ ਇਹ ਹੋ ਗਿਆ ਜੀ ਪ੍ਰਤੀ ਵਿਅਕਤੀ ਰਾਸ਼ਟਰੀ ਉਤਪਾਦ ਡੀ ਆਪਸ਼ਨ ਇਸ ਸਵਾਲ ਦਾ ਸਹੀ ਜਵਾਬ ਹੈ ਜੇਕਰ ਇਥੇ ਜੀ ਡੀ ਪੀ ਲਿਖਿਆ ਹੁੰਦਾ ਤਾਂ ਜੀ ਡੀ ਪੀ ਹੁੰਦਾ ਹੈ ਜੀ ਕੁੱਲ ਘਰੇਲੂ ਉਤਪਾਦ ਇੱਕ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਪੈਦਾ ਹੋਏ ਸਾਰੇ ਮਾਲ ਅਤੇ ਸਵਾਮਾਂ ਦਾ ਕੁੱਲ ਮੁੱਲ ਤੇ ਜੇਕਰ ਉਹਨੂੰ ਤੁਸੀਂ ਜਨਸੰਖਿਆ ਦੇ ਨਾਲ ਡਿਵਾਈਡ ਕਰ ਦੋਗੇ ਤੇ ਉਹ ਬਣ ਜਾਏਗਾ ਪਰ ਕੈਪਟਾ ਜੀ ਡੀ ਪੀ ਅੱਗੇ ਵਧਦੇ ਹਾਂ ਜੀ ਅਕਸ਼ਾਂਸ਼ ਧਰਤੀ ਤੇ ਉਹ ਬਿੰਦੂ ਹੈ ਜਿਸ ਨੂੰ ਇਨ੍ਹਾਂ ਵਿੱਚੋਂ ਕਿਸ ਦੁਆਰਾ ਮਾਪਿਆ ਜਾਂਦਾ ਹੈ ਭੂਮਦ ਰੇਖਾ ਤੋਂ ਇਸ ਦੀ ਕਿਲੋਮੀਟਰ ਵਿੱਚ ਦੂਰੀ ਭੂਮਦ ਰੇਖਾ ਤੋਂ ਇਸ ਦੀ ਕੋਣਾ ਵਿੱਚ ਦੂਰੀ ਧਰੁਵਾਂ ਤੋਂ ਇਸ ਦੀ ਕੋਣਾ ਵਿੱਚ ਦੂਰੀ ਜਾਂ ਇਸ ਨੂੰ ਮਾਪਿਆ ਨਹੀਂ ਜਾ ਸਕਦਾ ਜਿਹੜੇ ਅਕਸ਼ਾਂਸ਼ ਨੇ ਜਿਨ੍ਹਾਂ ਨੂੰ ਵਿਸਥਾਰ ਵੀ ਕਹਿੰਦੇ ਆ ਇਹ ਪੂਰਬ ਤੋਂ ਪੱਛਮ ਦਿਸ਼ਾ ਦੇ ਵਿੱਚ ਕਲਪਤ ਰੇਖਾਵਾਂ ਖਿੱਚੀਆਂ ਗਈਆਂ ਨੇ ਭੂਮਾਧ ਰੇਖਾ ਦੇ ਇਸ ਸਮਾਂਤਰ ਨੇ ਇਹ ਭੂਮਾਧ ਰੇਖਾ ਤੋਂ ਕੋਣਾਂ ਦੇ ਵਿੱਚ ਦੂਰੀ ਦੱਸਦਾ ਹੈ ਹਾਲਾਂਕਿ ਅਸੀਂ ਕੋਣਾਂ ਤੋਂ ਕਿਲੋਮੀਟਰ ਵੀ ਕੱਢ ਸਕਦੇ ਆ ਕਿਉਂਕਿ 1 ਡਿਗਰੀ ਦੇ ਨਾਲ 111 ਕਿਲੋਮੀਟਰ ਹੁੰਦਾ ਜੇਕਰ ਕੋਈ ਜਗ੍ਹਾ 5 ਡਿਗਰੀ ਦੂਰ ਹੈ ਭੂਮਾਧ ਰੇਖਾ ਤੋਂ ਤੇ ਇਹਦਾ ਮਤਲਬ ਹੈ 555 ਕਿਲੋਮੀਟਰ ਉੱਤਰ ਜਾਂ ਦੱਖਣ ਦੇ ਵਿੱਚ ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਬੀ ਆਪਸ਼ਨ ਬਿਲਕੁਲ ਸਹੀ ਰਹੇਗਾ ਅੱਗੇ ਵਧਦੇ ਹਾਂ ਜੀ 15 ਡਿਗਰੀ S ਅਕਸ਼ਾਂਸ਼ ਤੇ ਦੁਪਹਿਰ ਵੇਲੇ ਸੂਰਜ ਸਿਰ ਤੇ ਹੁੰਦਾ ਹੈ অপਸ਼ਨ ਹਨ ਜਦੋਂ ਦਿਨ ਅਤੇ ਰਾਤ ਬਰਾਬਰ ਹੋਣ 22 ਦਸੰਬਰ ਤੋਂ 21 ਮਾਰਚ ਦੇ ਵਿਚਕਾਰ ਜਾਂ ਗਰਮੀਆਂ ਦੇ ਮੱਧ ਵਿੱਚ ਯਾਨੀ ਕਿ 21 ਜੂਨ ਨੂੰ ਜਾਂ 21 ਜੂਨ ਤੋਂ 23 ਸਤੰਬਰ ਦੇ ਵਿਚਕਾਰ 15 ਡਿਗਰੀ S ਅਕਸ਼ਾਂਸ਼ ਦਾ ਮਤਲਬ ਹੈ ਕਿ ਭੂਮਧ ਰੇਖਾ ਤੋਂ 15 ਡਿਗਰੀ ਦੱਖਣ ਵਾਲੇ ਪਾਸੇ ਦੱਖਣੀ ਅਰਧ ਗੋਲੇ ਦੀ ਗੱਲ ਕੀਤੀ ਗਈ ਹੈ ਦੱਖਣੀ ਅਰਧ ਗੋਲੇ ਦੇ ਵਿੱਚ 22 ਦਸੰਬਰ ਤੋਂ ਲੈ ਕੇ 21 ਮਾਰਚ ਦੇ ਵਿਚਕਾਰ ਗਰਮੀਆਂ ਦਾ ਮੌਸਮ ਹੁੰਦਾ ਤੇ ਇਸ ਦੇ ਦੌਰਾਨ ਹੀ ਦੁਪਹਿਰ ਵੇਲੇ ਜਿਹੜਾ ਸੂਰਜ ਹੈ ਉਹ ਸਿਰ ਤੇ ਹੁੰਦਾ ਤੇ 22 ਦਸੰਬਰ ਨੂੰ 23.5 ਡਿਗਰੀ ਸਾਊਥ ਦੇ ਉੱਤੇ ਯਾਨੀ ਕਿ ਮਕਰ ਰੇਖਾ ਦੇ ਉੱਤੇ ਸੂਰਜ ਬਿਲਕੁਲ ਸਿੱਧਾ ਚਮਕਦਾ ਹੈ ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਬੀ ਆਪਸ਼ਨ ਬਿਲਕੁਲ ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਮਾਰੂਥਲ ਵਿੱਚ ਘੱਟ ਆਬਾਦੀ ਹੋਣ ਦਾ ਸਭ ਤੋਂ ਵਧੀਆ ਵਿਵਰਣ ਕਿਹੜਾ ਹੈ ਆਪਸ਼ਨ ਹਨ ਇੱਥੇ ਬਹੁਤ ਜ਼ਿਆਦਾ ਰੇਤ ਹੁੰਦੀ ਹੈ ਰਾਤਾਂ ਬਹੁਤ ਠੰਡੀਆਂ ਹੁੰਦੀਆਂ ਹਨ ਮਾਰੂਥਲ ਗੈਰ ਉਤਪਾਦੀ ਹੈ ਇੱਥੇ ਪਾਣੀ ਦੀ ਘਾਟ ਹੈ ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਡੀ ਆਪਸ਼ਨ ਬਿਲਕੁਲ ਸਹੀ ਹੈ ਜੀ ਇੱਥੇ ਪਾਣੀ ਦੀ ਘਾਟ ਹੈ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਇੱਕ ਜਹਾਜ਼ ਲੰਡਨ ਤੋਂ ਸਿੰਗਾਪੁਰ ਜਾ ਰਿਹਾ ਹੈ ਜਿਸ ਨੇ ਡਰਬਨ ਤੋਂ ਹੁੰਦੇ ਹੋਏ ਹੇਠ ਲਿਖੀਆਂ ਬੰਦਰਗਾਹਾਂ ਵਿੱਚੋਂ ਕਿਸੇ ਇੱਕ ਥਾਂ ਤੇ ਰੁਕਣਾ ਹੈ ਸਿੰਗਾਪੁਰ ਪਹੁੰਚਣ ਤੋਂ ਪਹਿਲਾਂ ਬੰਦਰਗਾਹ ਕਿਸਤੀ ਹੋ ਰਿਹੇਗਾ ਆਪਸ਼ਨ ਹਨ ਮਾਲਟਾ ਅਲੈਕਜੈਂਡਰੀਆ ਕੋਲੰਬੋ ਜਾਂ ਐਡਮ ਦੇਖੋ ਇੱਥੇ ਲਿਖਿਆ ਤਾਂ 에ਰੋਪਲੇਨ ਹੋਇਆ ਪਰ ਇਹ ਸਮੁੰਦਰੀ ਜਹਾਜ਼ ਦੀ ਗੱਲ ਹੋ ਰਹੀ ਹੈ। ਮਾਲਟਾ ਇੱਕ ਛੋਟਾ ਜਿਹਾ ਟਾਪੂ ਦੇਸ਼ ਆ ਜੋ ਮੱਧ ਸਾਗਰ ਦੇ ਵਿੱਚ ਸਥਿਤ ਹੈ। ਇਹ ਲੰਡਨ ਤੋਂ ਸਿੰਗਾਪੁਰ ਦੇ ਰੂਟ ਤੇ ਨਹੀਂ ਆਉਂਦਾ। ਅਲੇਗਜੈਂਡਰੀਆ ਜਿਹੜਾ ਹੈ ਮਿਸਰ ਦੇ ਵਿੱਚ ਸਥਿਤ ਹੈ ਇਹ ਸਿੰਗਾਪੁਰ ਦੇ ਰੂਟ ਤੇ ਆ ਸਕਦਾ ਹੈ ਪਰ ਇਹ ਡਰਬਨ ਤੋਂ ਬਹੁਤ ਦੂਰ ਹੈ। ਇਸੇ ਤਰ੍ਹਾਂ ਜਿਹੜਾ ਕਲੰਬੋ ਹੈ ਇਹ ਸ਼੍ਰੀਲੰਕਾ ਦੀ ਰਾਜਧਾਨੀ ਹੈ ਸਿੰਗਾਪੁਰ ਰੂਟ ਤੇ ਆਉਂਦਾ ਹੈ ਤੇ ਡਰਬਨ ਤੋਂ ਸਹੀ ਦਿਸ਼ਾ ਦੇ ਵਿੱਚ ਵੀ ਹੈ। ਜਿਹੜਾ ਐਡਨ ਹੈ ਇਹ ਜਮਨ ਦੇ ਵਿੱਚ ਸਥਿਤ ਹੈ। ਇਹ ਵੀ ਸਿੰਗਾਪੁਰ ਦੇ ਰੂਟ ਤੇ ਨਹੀਂ ਆਉਂਦਾ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਕੋਲੰਬੋ ਬਿਲਕੁਲ ਸਹੀ ਹੈ ਜੀ ਕੋਲੰਬੋ ਵਿਖੇ ਉਹ ਜਹਾਜ਼ ਰੁਕ ਸਕਦਾ ਹੈ ਸੀ ਆਪਸ਼ਨ ਬਿਲਕੁਲ ਸਹੀ ਹੈ ਜੀ ਅੱਗੇ ਵਧਦੇ ਹਾਂ ਜੀ ਇਹਨਾਂ ਵਿੱਚੋਂ ਕਿਹੜੀ ਜਲਵਾਜੂ ਵਾਲੇ ਖੇਤਰ ਵਿੱਚ ਖੱਟੇ ਫਲ ਸਭ ਤੋਂ ਵਧੀਆ ਉਗਦੇ ਹਨ ਆਪਸ਼ਨ ਹਨ ਦੱਖਣੀ ਅਫਰੀਕਾ ਦਾ ਹੇਠਲਾ ਭਾਗ ਮੱਧ ਪੱਛਮੀ ਆਸਟ੍ਰੇਲੀਆ ਹਵਾਂਗ ਹੋ ਘਾਟੀ ਚੀਨ ਆਸਟ੍ਰੇਲੀਆ ਦਾ ਡਾਊਨਸ ਖੱਟੇ ਫਲਾਂ ਵਾਸਤੇ ਜਿਹੜੀ ਸਭ ਤੋਂ ਵਧੀਆ ਜਲਵਾਜੂ ਹੈ ਉਹ ਦੱਖਣੀ ਅਫਰੀਕਾ ਦੇ ਹੇਠਲੇ ਭਾਗ ਦੇ ਵਿੱਚ ਪਾਈ ਜਾਂਦੀ ਹੈ ਇੱਥੇ ਗਰਮੀਆਂ ਜਿਹੜੀਆਂ ਨੇ ਉਹ ਹਲਕੀਆਂ ਸੁਕੀਆਂ ਹੁੰਦੀਆਂ ਨੇ ਤੇ ਜਿਹੜੀਆਂ ਸਰਦੀਆਂ ਨੇ ਥੋੜੀਆਂ ਜੀਆਂ ਸਿਲੀਆਂ ਹੁੰਦੀਆਂ ਨੇ ਇਸ ਸਵਾਲ ਦਾ ਸਹੀ ਜਵਾਬ ਹੋ ਜੇਗਾ ਜੀ ਏ ਆਪਸ਼ਨ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਚਾਹ ਦੀ ਪੈਦਾਵਾਰ ਲਈ ਇਹਨਾਂ ਵਿੱਚੋਂ ਕਿਸ ਦੀ ਸਭ ਤੋਂ ਵੱਧ ਮਹੱਤਤਾ ਹੈ ਆਪਸ਼ਨ ਹਨ ਉਪਜਾਊ ਮਿੱਟੀ ਅਤੇ ਔਸਤ ਮਾਸਿਕ ਤਾਪਮਾਨ ਜੋ 35 ਡਿਗਰੀ ਸੈਲਸੀਅਸ ਦੇ ਲਗਭਗ ਹੋਵੇ ਹਰ ਸਾਲ 150 ਸੈਂਟੀਮੀਟਰ ਤੋਂ ਘਟਮੀ ਅਤੇ ਉਪਜਾਊ ਮਿੱਟੀ ਚੰਗੀ ਨਮੀ ਵਾਲੀ ਮਿੱਟੀ ਅਤੇ 23 ਡਿਗਰੀ ਸੈਲਸੀਅਸ ਦੇ ਲਗਭਗ ਔਸਤ ਮਾਸਿਕ ਤਾਪਮਾਨ ਹਰ ਸਾਲ 300 ਸੈਂਟੀਮੀਟਰ ਤੋਂ ਵੱਧ ਮੀਂਹ ਅਤੇ ਚੰਗੀ ਨਮੀ ਵਾਲੀ ਮਿੱਟੀ ਦੇਖੋ ਜਿਹੜਾ ਚਾਹ ਦਾ ਪੌਦਾ ਹੈ ਇਹਨੂੰ ਹਲਕੇ ਤਜਾਬ ਵਾਲੀ ਮਿੱਟੀ ਚਾਹੀਦੀ ਹੈ ਤੇ ਇਹਨੂੰ ਨਮੀ ਭਰਪੂਰ ਮਿੱਟੀ ਚਾਹੀਦੀ ਹੈ ਤੇ ਜਿਹੜਾ ਤਾਪਮਾਨ ਹੈ ਉਹ 23 ਡਿਗਰੀ ਦੇ ਲਗਭਗ ਔਸਤਨ ਚਾਹੀਦਾ ਹੈ ਜਿਆਦਾ ਤਾਪਮਾਨ ਦੇ ਨਾਲ ਪੱਤੇ ਸੜ ਜਾਂਦੇ ਆ ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਸੀ ਆਪਸ਼ਨ ਬਿਲਕੁਲ ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਕਾਫੀ ਦੀ ਸਫਲ ਪੈਦਾਵਾਰ ਲਈ ਇਹਨਾਂ ਵਿੱਚੋਂ ਕਿਹੜੀ ਪ੍ਰਕਿਰਤਿਕ ਸਥਿਤੀ ਦੀ ਲੋੜ ਹੈ ਆਪਸ਼ਨ ਹਨ ਮੋਹ ਹਨੇਰੇ ਬਦਲਵਾਈ ਦੇ ਨਾਲ ਧੁੰਦ 800 ਸੈਂਟੀਮੀਟਰ ਦੇ ਨੇੜੇ ਤੇੜੇ ਸਾਲਾਨਾ ਵਰਖਾ ਜੋ ਉਸ ਪੂਰਾ ਸਾਲ ਇੱਕਸਾਰ ਵੰਡੀ ਹੋਈ ਹੋਵੇ 21 ਡਿਗਰੀ ਸੈਲਸੀਅਸ ਤੋਂ 26 ਡਿਗਰੀ ਸੈਲਸੀਅਸ ਦੇ ਵਿਚਲਾ ਔਸਤ ਮਾਸਿਕ ਤਾਪਮਾਨ ਇੱਕ ਉਪਜਾਊ ਡੂੰਗੀ ਭਰ ਘੱਟ ਨਮੀ ਵਾਲੀ ਮਿੱਟੀ ਕਾਫੀ ਦੇ ਪੌਦੇ ਨੂੰ ਵਧਣ ਫੁੱਲਣ ਲਈ ਖਾਸ ਤਾਪਮਾਨ ਦੀ ਲੋੜ ਹੁੰਦੀ ਹੈ 21 ਡਿਗਰੀ ਸੈਲਸੀਅਸ ਤੋਂ 26 ਡਿਗਰੀ ਸੈਲਸੀਅਸ ਤੱਕ ਦਾ ਜਿਹੜਾ ਤਾਪਮਾਨ ਹੈ ਉਹਨਾਂ ਦੇ ਵਾਧੇ ਅਤੇ ਫਲੀਆਂ ਦੇ ਵਿਕਾਸ ਦੇ ਲਈ ਸਭ ਤੋਂ ਵਧੀਆ ਹੈ ਬਾਕੀ ਆਪਸ਼ਨ ਸਹੀ ਨਹੀਂ ਹਨ ਸੀ ਆਪਸ਼ਨ ਬਿਲਕੁਲ ਸਹੀ ਹੈ ਜੀ ਇਹਨਾਂ ਵਿੱਚੋਂ ਕਿਹੜਾ ਲੱਛਣ ਨਦੀ ਦੇ ਜਮਾਓ ਦਾ ਉਤਪਾਦ ਹੈ অপਸ਼ਨ ਹਨ ਜ ਲੋਡਪੰਖ ਗਰਤਿਕਾ ਸੱਪਰ ਸਪ੍ਰਿਕਾ ਦੇਖੋ ਜਦੋਂ ਨਦੀ ਆਪਣੇ ਨਾਲ ਵਹਾ ਕੇ ਲਿਆਂਦੀ ਹੋਈ ਮਿੱਟੀ ਰੇਤ ਤੇ ਬਜਰੀ ਵਰਗੇ ਪਦਾਰਥਾਂ ਨੂੰ ਛੱਡਦੀ ਹੈ ਤਾਂ ਉਹਦੇ ਨਾਲ ਅਲੂਵিয়াল ਵਿੰਗ ਬਣਦਾ ਹੈ ਇਹ ਕੀ ਹੁੰਦਾ ਹੈ ਜੀ ਕਿ ਨਦੀ ਦੀ ਗਤੀ ਘਟ ਜਾਂਦੀ ਹੈ ਇਹ ਫੈਲ ਜਾਂਦੀ ਹੈ ਤੇ ਆਪਣੇ ਨਾਲ ਲਿਆਦਾ ਹੋਇਆ ਜੋ ਵੀ ਉਹਦੇ ਕੋਲ ਸਮਾਨ ਹੈ ਉਹ ਸਾਰਾ ਉੱਥੇ ਛੱਡਿਆ ਜਾਂਦਾ ਹੈ ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਅਲੂਵিয়াল ਵਿੰਗ ਜਲੋੜ ਪੰਖ ਏ ਆਪਸ਼ਨ ਬਿਲਕੁਲ ਸਹੀ ਹੈ ਜੀ ਅੱਗੇ ਹੈ ਜੀ ਇਹਨਾਂ ਵਿੱਚੋਂ ਕਿਹੜੇ ਸਾਲ ਵਿੱਚ ਰਾਸ਼ਟਰੀ ਜਲ ਨੀਤੀ ਭਾਰਤ ਵਿੱਚ ਬਣਾਈ ਗਈ ਆਪਸ਼ਨ ਹਨ 2002 1987 2007 ਤੇ 1985 ਭਾਰਤ ਸਰਕਾਰ ਨੇ ਪਾਣੀ ਦੀ ਵਰਤੋਂ ਅਤੇ ਪ੍ਰਬੰਧਨ ਲਈ ਇੱਕ ਰਾਸ਼ਟਰੀ ਨੀਤੀ ਬਣਾਈ ਇਹ ਨੀਤੀ 1987 ਦੇ ਵਿੱਚ ਬਣਾਈ ਗਈ ਬੀ ਆਪਸ਼ਨ ਬਿਲਕੁਲ ਸਹੀ ਹੈ ਜੀ ਅੱਗੇ ਵਧਦੇ ਹਾਂ ਜੀ ਖੇਤਰੀ ਪਿੰਤਾ ਮੂਲ ਰੂਪ ਵਿੱਚ ਕਿਸ ਕਾਰਨ ਹੁੰਦੀ ਹੈ ਆਪਸ਼ਨ ਹਨ ਪ੍ਰਤੀ ਵਿਅਕਤੀ ਆਮਦਨ ਪ੍ਰਕਿਰਤਕ ਸਰੋਤ ਉਦਯੋਗਿਕ ਵਿਕਾਸ ਜਾਂ ਸ਼ਹਿਰੀਕਰਨ ਦਾ ਪੱਧਰ ਜਿਹੜੀ ਖੇਤਰੀ ਭਿੰਤਾ ਹੈ ਜਿੰਨੂੰ ਰੀਜਨਲ ਵੇਰੀਏਸ਼ਨ ਕਹਿੰਦੇ ਆ ਇਹਦਾ ਜਿਹੜਾ ਸਭ ਤੋਂ ਜ਼ਿਆਦਾ ਇਹਦੇ ਉੱਤੇ ਪ੍ਰਭਾਵ ਪੈਂਦਾ ਹੈ ਉਹ ਉਦਯੋਗਿਕ ਵਿਕਾਸ ਦਾ ਪੈਂਦਾ ਹੈ ਕਿ ਜੇਕਰ ਉਦਯੋਗਿਕ ਵਿਕਾਸ ਹੋਵੇਗਾ ਤਾਂ ਪ੍ਰਤੀ ਵਿਅਕਤੀ ਆਮਦਨ ਵੀ ਵਧੇਗੀ ਤੇ ਸ਼ਹਿਰੀਕਰਨ ਦਾ ਪੱਧਰ ਵੀ ਵਧੇਗਾ ਹਾਂ ਜਿਹੜੇ ਪ੍ਰਕਿਰਤਿਕ ਸਰੋਤ ਨੇ ਉਹ ਵੀ ਇਹਦੇ ਵਿੱਚ ਭੂਮਿਕਾ ਨਿਭਾਉਂਦੇ ਨੇ ਪਰ ਸੀ ਆਪਸ਼ਨ ਇੱਥੇ ਬਿਲਕੁਲ ਸਹੀ ਹੋਏਗਾ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਹੇਠ ਲਿਖੇ ਰਾਜਾਂ ਦੇ ਕ੍ਰਮ ਨੂੰ 2011 ਵਿੱਚ ਹੋਈ ਜਨਗਣਨਾ ਦੇ ਅਨੁਸਾਰ ਸਾਖਰਤਾ ਦਰ ਦੇ ਹਿਸਾਬ ਨਾਲ ਘਟਦੇ ਕ੍ਰਮ ਵਿੱਚ ਲਿਖੋ অপਸ਼ਨ ਸਕਰੀਨ ਤੇ ਤੁਹਾਡੇ ਸਾਹਮਣੇ ਨੇ 2011 ਦੇ ਵਿੱਚ ਜਾਣਗਰਣਾ ਹੋਈ ਸੀ ਤੇ 2 10 ਸਾਲਾਂ ਬਾਅਦ ਹੁੰਦੀ ਹੈ ਜੀ ਪਰ ਕੋਵਿਡ ਦੇ ਕਰਕੇ ਇਸ ਵਾਰ ਇਹ ਨਹੀਂ ਹੋਈ ਜਿਹੜੀ ਪੁਰਾਣੀ ਜਾਣਗਰਣਾ ਹੈ ਉਹਦੇ ਵਿੱਚ 2011 ਦੇ ਵਿੱਚ ਜਿਹੜੀ ਹੋਈ ਸੀ ਉਹਦੇ ਵਿੱਚ ਸਭ ਤੋਂ ਵੱਧ ਸਾਖਰਤਾ ਦਾ ਦਰ ਜਿਹੜੀ ਹੈ ਉਹ ਕੇਰਲਾ ਦੀ ਸੀ ਲਗਭਗ 93.99 ਜਾਂ 94% ਉਸ ਤੋਂ ਬਾਅਦ ਦੂਜੇ ਨੰਬਰ ਤੇ ਸੀ ਮਿਜ਼ੁਰਮ ਦੀ ਤੇ ਉਸ ਤੋਂ ਬਾਅਦ ਇੱਥੇ ਤ੍ਰਿਪੁਰਾ ਬਾਅਦ ਚ ਲਿਖਿਆ ਹੋਇਆ ਤੇ ਗੋਆ ਤੋ ਇੱਥੇ ਤ੍ਰਿਪੁਰਾ ਤੇ ਗੋਆ ਆਪਸ਼ਨ ਦੇ ਵਿੱਚ ਲਿਖੇ ਹੋਏ ਨੇ ਗੋਆ ਦੀ ਜਿਹੜੀ ਸਾਖਰਤਾ ਦਰ ਹੈ ਉਹ 88% ਸੀ ਇਸੇ ਤ੍ਰਿਪੁਰਾ ਦੀ ਜਿਹੜੀ ਸਾਖਰਤਾ ਦਰ ਸੀ ਉਹ ਲਗਭਗ 87.22% ਸੀ ਹੁਣ ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਠੁਕਮਾ ਆਪਸ਼ਨ ਬਣਦਾ ਹੈ ਉਹ ਦੂਸਰਾ ਬਣਦਾ ਹੈ ਦੂਜਾ ਆਪਸ਼ਨ ਬਿਲਕੁਲ ਸਹੀ ਹੈ ਜੀ ਬੀ ਆਪਸ਼ਨ ਅਗਲਾ ਆਪਰੇਸ਼ਨ ਦੇਖਦੇ ਹਾਂ ਜੀ ਇਹਨਾਂ ਵੱਡੇ ਸ਼ਹਿਰਾਂ ਵਿੱਚੋਂ ਕਿਹੜੇ ਸ਼ਹਿਰ ਵਿੱਚ 2011 ਦੀ ਜਨਗਣਨਾ ਵਿੱਚ ਸਭ ਤੋਂ ਘੱਟ ਲਿੰਗ ਅਨੁਪਾਤ ਦਰਜ ਕੀਤਾ ਗਿਆ ਆਪਸ਼ਨ ਹਨ ਚੇਨਈ ਦਿੱਲੀ ਕੋਲਕਾਤਾ ਜਾਂ ਮੁੰਬਈ 2011 ਦੀ ਜਨਸੰਖਿਆ ਦੇ ਵਿੱਚ ਜਿਹੜਾ ਪ੍ਰਤੀ ਹਜ਼ਾਰ ਦੇ ਪਿੱਛੇ ਔਰਤਾਂ ਦੀ ਸੰਖਿਆ ਹੈ ਉਹ ਮੁੰਬਈ ਦੇ ਵਿੱਚ ਸਭ ਤੋਂ ਘੱਟ ਸੀ ਇਹ ਦਿੱਤੇ ਹੋਏ ਸ਼ਹਿਰਾਂ ਦੇ ਵਿੱਚੋਂ 832 ਸੀ ਉੱਥੇ ਦਿੱਲੀ ਦੇ ਵਿੱਚ 868 ਇਸਤਰੀਆਂ ਸਨ ਚੇਨਈ ਦੇ ਵਿੱਚ 9089 ਅਤੇ ਕੋਲਕਾਤਾ ਦੇ ਵਿੱਚ 908 ਸਨ ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਡੀ ਜਿਹੜਾ 832 ਮੁੰਬਈ ਦੇ ਵਿੱਚ ਸਭ ਤੋਂ ਘੱਟ ਹੈ ਜੀ ਅੱਗੇ ਪ੍ਰਸ਼ਨ ਹੈ ਜੀ ਇਹਨਾਂ ਵਿੱਚੋਂ ਕਿਹੜੇ ਪੱਖ ਵੋਟ ਪਾਉਣ ਦੇ ਵਿਹਾਰ ਨੂੰ ਪ੍ਰਭਾਵਿਤ ਨਹੀਂ ਕਰਦੇ ਆਪਸ਼ਨ ਹਨ ਧਾਰਮਿਕ ਜਾਤੀਆਂ ਸਾਖਰਤਾ ਦਾ ਉੱਚ ਪੱਧਰ ਪ੍ਰਾਪਤ ਜ਼ਮੀਨਾਂ ਦਾ ਆਕਾਰ ਦੇਖੋ ਇਹਨਾਂ ਦੇ ਵਿੱਚੋਂ ਵੋਟ ਪਾਉਣ ਦੇ ਵਿਹਾਰ ਨੂੰ ਜਿਹੜੇ ਪ੍ਰਭਾਵਿਤ ਨਹੀਂ ਕਰਦੇ ਉਹ ਲਾਸਟ ਵਾਲਾ ਹੈ ਜੀ ਪ੍ਰਾਪਤ ਜ਼ਮੀਨਾਂ ਦਾ ਆਕਾਰ ਡੀ ਆਪਸ਼ਨ ਬਿਲਕੁਲ ਸਹੀ ਹੈ ਜੀ ਉਮੀਦ ਹੈ ਤੁਹਾਨੂੰ ਮੇਰੀ ਇਹ ਵੀਡੀਓ ਜਿਹੜੀ ਹੈ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਵੀਡੀਓ ਦੀ ਜਿਹੜੀ ਪੀਡੀਐਫ ਹੈ ਉੱਤਰਾਂ ਦੀ ਉਹ ਤੁਹਾਨੂੰ ਮੇਰੇ ਜਿਹੜੀ ਵੈਬਸਾਈਟ ਆ psptet.in ਸਕਰੀਨ ਤੇ ਤੁਸੀਂ ਉਹਦਾ ਐਡਰੈਸ ਦੇਖ ਰਹੇ ਹੋ ਇਹਦੇ ਉੱਪਰ ਤੁਹਾਨੂੰ ਮਿਲ ਜੇਗੀ ਇਹਦੀ ਪੀਡੀਐਫ ਤੇ ਪੁਰਾਣੀਆਂ ਵੀਡੀਓਜ਼ ਦੀ ਪੀਡੀਐਫ ਵੀ ਮੈਂ ਜਲਦ ਹੀ ਉਹਦੇ ਉੱਪਰ ਪਾ ਦਵਾਂਗਾ ਮਨ ਲਾ ਕੇ ਪੜੋ ਵਾਟ ਤੋਂ ਵਾਟ ਟਾਈਮ ਦਿਓ ਤੁਸੀਂ ਜਿਹੜਾ ਟੈਸਟ ਹੈ ਨੂੰ ਕਲੀਅਰ ਕਰ ਸਕਦੇ ਹੋ ਆਪਣੇ ਆਪ ਤੇ ਹੌਸਲਾ ਰੱਖੋ ਕੌਨਫੀਡੈਂਸ ਰੱਖੋ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ ਆਲ ਦੀ ਬੈਸਟ